ਇਹ ਨਹੀਂ ਲੱਗਾ ਵੀ ਭਾਈ ਯਾਰ ਮੇਰਾ ਜੋ ਚੱਲਦਾ ਨਾ ਉਹ ਠੀਕ ਆ। ਐਸਾ ਕਿਹੜਾ ਬਲਬਲਾ ਸੀ ਜਿਹਦੇ ਕਰਕੇ ਐਮਐਲਏ ਦੇ ਰਾਹ ਦੇ ਉੱਤੇ ਤੁਰਨ ਦੇ ਲਈ ਮਜਬੂਰ ਹੋਣਾ ਪਿਆ? ਕਈ ਬਲਬਲੇ ਸੀ, ਕੁਝ ਕੁ ਮੇਰੇ ਪਰਸਨਲ ਰੀਜ਼ਨਸ ਵੀ ਸੀ। ਸਾਡੇ ਤੋਂ ਸਾਡੇ ਅਧਿਆਤਮਿਕ ਲੈਵਲ ਜਿਹਨਾਂ ਦਾ ਅੱਧਾ ਸਾਡੇ ਸਿਰ 'ਤੇ ਬਹਿ ਕੇ ਸਾਡੇ ਸਿਰ 'ਚ ਡੰਡੇ ਮਾਰਦੇ ਆ ਲੋਕ। ਤੁਸੀਂ ਤਾਂ ਚੰਡੀਗੜ੍ਹ ਰਹਿੰਦੇ ਹੋ ਜਾਂ ਮੋਹਾਲੀ ਰਹਿੰਦੇ ਹੋਵੋਗੇ, ਮੈਂ ਪਿੰਡ 'ਚ ਰਹਿਣਾ ਜੀ। ਅਤੇ ਜਦੋਂ ਤੁਸੀਂ ਪਿੰਡ 'ਚ ਰਹਿੰਦੇ ਹੋ ਤਾਂ ਇੱਥੇ ਇਹੋ ਜਿਹੀਆਂ ਸਮੱਸਿਆਵਾਂ ਜਿਹੜੀਆਂ ਤੁਸੀਂ ਕਦੇ ਫੇਸ ਹੀ ਨਹੀਂ ਕਰ ਸਕਦੇ। ਮੇਰੇ ਪਿੰਡ ਦੇ ਵਿੱਚ ਮੈਂ ਹਰੇਕ ਸਾਲ ਕੈਂਸਰ ਕੈਂਪ ਲਵਾਉਣਾ ਮੇਰੀ ਦਾਦੀ ਦੀ ਯਾਦ ਦੇ ਵਿੱਚ। ਤੁਸੀਂ ਯਕੀਨ ਨਹੀਂ ਕਰਨਾ, ਹਰੇਕ ਸਾਲ 7 ਬੰਦਿਆਂ ਦਾ ਬੈਚ, 8 ਬੰਦਿਆਂ ਦਾ ਬੈਚ ਕੈਂਸਰ ਦਾ ਨਿਕਲਦਾ। ਉਹਦਾ ਕੈਂਸਰ ਦਾ ਕਾਰਨ ਕੀ ਹੈ? ਇੱਕ ਸਾਡੇ ਬਨਾਲੀ ਥਰਮਲ ਬਣਿਆ ਹੋਇਆ, ਇੱਕ ਖੋਖਰ ਪਿੰਡ ਥਰਮਲ ਬਣਿਆ। ਅਤੇ ਮੈਮ ਜੇ ਤੁਸੀਂ ਸਵੇਰੇ ਉੱਠੋਗੇ ਅਤੇ ਸਾਡਾ ਸਿੰਕ ਦੇਖੋਗੇ, ਮਨ ਪੱਕੀ ਰੀਨ ਹੈ। ਜੇ ਕੁੜਤਾ ਪਜਾਮਾ ਵੀ ਸੁੱਕਣਾ ਪਾਤਾ ਉਹ ਕਾਲਾ ਹੋ ਜਾਂਦਾ। ਮਨ ਦਾ ਮੇਰੇ ਕੋਲ 4 ਪੈਸੇ ਆ ਗਏ ਅੱਜ, ਪਰ ਮੈਂ ਹਵਾ ਤਾਂ ਨਹੀਂ ਖਰੀਦ ਸਕਦਾ, ਮੈਂ ਪਾਣੀ ਤਾਂ ਨਹੀਂ ਖਰੀਦ ਸਕਦਾ। ਬਿਲਕੁਲ ਸਰ। ਸੋ ਮੇਰਾ ਬਾਪ ਇੱਥੇ ਡਰਾਈਵਰ ਦੀ ਨੌਕਰੀ ਕਰਦਾ ਸ਼ਹਿਰ 'ਚ, ਜਿਹਦੇ 'ਚ ਮਨ ਪੱਕਿਆ ਪਾਣੀ ਖੜ੍ਹਾ ਹੁੰਦਾ। ਮੇਰੀ ਮਾਂ ਇਸੇ ਮੰਡੀ 'ਚ ਚਾਹ ਪੱਤੀ ਦਾ ਸਮਾਨ ਲੈਣ ਆਉਂਦੀ ਹੈ। ਮੈਂ ਬਣ ਗਿਆ, ਮੇਰੀ ਜ਼ਿੰਦਗੀ ਬਦਲ ਗਈ, ਮੇਰੇ ਮਾਂ ਪਿਓ ਦੀ ਤਾਂ ਨਹੀਂ ਬਦਲੀ। ਅਤੇ ਮੈਂ ਇੱਥੇ ਰਹਿਣਾ, ਸਭ ਤੋਂ ਵੱਡੀ ਪ੍ਰੋਬਲਮ ਮੇਰੀ ਇਹ ਹੈ। ਅਤੇ ਜੇ ਤੁਸੀਂ ਇੱਥੇ ਰਹਿੰਦੇ ਹੋ ਤਾਂ ਤੁਸੀਂ ਉਹੋ ਜਿਹੇ ਬੰਦੇ ਨੂੰ ਸਪੋਰਟ ਕਿਉਂ ਕਰੋ ਜੋ ਤੁਹਾਡੇ ਤੋਂ ਅੱਧੇ ਅਧਿਆਤਮਿਕ ਲੈਵਲ ਦੇ ਨੇ? ਤੁਸੀਂ ਉਹਨਾਂ ਨੂੰ ਪ੍ਰਮੋਟ ਕਿਉਂ ਕਰੋ ਜੇ ਤੁਸੀਂ ਆਪ ਕਰ ਸਕਦੇ ਹੋ? ਫਿਰ ਆਪ ਕਰੋ ਜੀ।